ਸਵੇਰੇ ਭਾਜੀ ਅਸੀਂ ਵਰਕਸ਼ਾਪ ਖੋਲੀ ਸੀ ਸਵੇਰੇ 9:30 ਵਜੇ ਆ ਕੇ ਸਾਢੇ 9 ਵਜੇ ਵਰਕਸ਼ਾਪ ਖੋਲੀ ਤੇ ਅਸੀਂ ਦੇਖਿਆ ਭਾਜੀ ਸਮਾਨ ਸਾਡਾ ਵਰਕਸ਼ਾਪ ਦਾ ਕਿੱਲ ਪਿਆ ਆ ਇਹ ਸਾਨੂੰ ਹੁਣ ਪਤਾ ਲੱਗਿਆ ਵੀ ਉਹਦੇ ਵਿੱਚ ਇੱਕ ਬੈਟਰੀ ਚੋਰੀ ਹੋਈ ਆ ਤੇ ਡਰਿੱਲਾਂ ਡਰਿੱਲ ਮਸ਼ੀਨਾਂ ਲੈ ਕੇ ਸਾਡੀਆਂ ਚੱਕ ਕੇ ਟੂਲ ਟਾਲ ਸਾਰਾ ਕਿੱਲ ਰਿਹਾ ਸੀ ਅਲਮਾਰੀਆਂ ਖੁੱਲੀਆਂ ਪਈਆਂ ਸੀਗੀਆਂ ਸਮਾਨ ਸਾਰਾ ਭਾਜੀ ਕਿੱਲ ਗਿਆ ਸੀਗਾ ਸਾਨੂੰ ਹਜੇ ਤੱਕ ਕੁਛ ਪਤਾ ਨਹੀਂ ਲੱਗਦਾ ਹੈਗਾ ਕਿ ਸਮਾਨ ਸਾਡਾ ਕੀ ਚੱਕ ਹੋਇਆ ਫਗਵਾੜਾ ਸ਼ਹਿਰ ਦੇ ਪਲਾਹੀ ਰੋਡ ਤੇ ਸਥਿਤ ਕੀਰਤੀ ਨਗਰ ਵਿਖੇ ਚੋਰਾਂ ਵੱਲੋਂ ਇੱਕ ਕਾਰ ਵਰਕਸ਼ਾਪ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਚੋਰ ਬੈਟਰੀ ਅਤੇ ਡਰਿੱਲ ਮਸ਼ੀਨਾਂ ਆਦਿ ਲੈ ਕੇ ਫਰਾਰ ਹੋ ਗਏ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਵਰਕਸ਼ਾਪ ਦੇ ਮਾਲਕ ਜਗਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਲਾਹੀ ਰੋਡ ਤੇ ਸਥਿਤ ਕੀਰਤੀ ਨਗਰ ਵਿਖੇ ਕਾਰ ਪੁਆਇੰਟ ਨਾਮ ਤੋਂ ਵਰਕਸ਼ਾਪ ਹੈ ਤੇ ਅੱਜ ਉਹਨਾਂ ਰੋਜ਼ਾਨਾ ਦੀ ਤਰ੍ਹਾਂ ਜਦੋਂ ਸਵੇਰੇ ਵਰਕਸ਼ਾਪ ਆ ਕੇ ਦੇਖਿਆ ਤਾਂ ਵਰਕਸ਼ਾਪ ਵਿੱਚ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਵਰਕਸ਼ਾਪ ਵਿੱਚੋਂ ਇੱਕ ਬੈਟਰੀ ਅਤੇ ਡਰਿੱਲ ਮਸ਼ੀਨਾਂ ਗਾਇਬ ਸਨ। ਉਹਨਾਂ ਦੱਸਿਆ ਕਿ ਵਰਕਸ਼ਾਪ ਵਿੱਚ ਇਸ ਚੋਰੀ ਦੀ ਘਟਨਾ ਕਾਰਨ ਉਹਨਾਂ ਦਾ 15,000 ਦੇ ਕਰੀਬ ਦਾ ਨੁਕਸਾਨ ਹੋ ਗਿਆ। ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਇਸ ਸਾਰੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਉਹਨਾਂ ਫਗਵਾੜਾ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਭੈੜੇ ਅਨਸਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਸ਼ਹਿਰ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ। ਕੀ ਨਾਂ ਜੀ ਆਪਣਾ? ਜਗਦੀਪ ਸਿੰਘ ਜੀ। ਹਾਂਜੀ, ਕੀ ਮਾਮਲਾ ਕੀ ਹੈ ਜਿਹੜਾ ਅੱਜ ਮਤਲਬ ਕਿ ਕੀਰਤੀ ਨਗਰ 'ਚ ਖੜ੍ਹੇ ਆ? ਸਵੇਰੇ ਭਾਜੀ ਅਸੀਂ ਵਰਕਸ਼ਾਪ ਖੋਲੀ ਸੀ ਸਵੇਰੇ 9:30 ਵਜੇ ਆ ਕੇ 9:30 ਵਜੇ ਵਰਕਸ਼ਾਪ ਖੋਲੀ ਤੇ ਅਸੀਂ ਦੇਖਿਆ ਭਾਜੀ ਸਮਾਨ ਸਾਡਾ ਵਰਕਸ਼ਾਪ ਦਾ ਕਿੱਲ ਰਹਿ ਪਿਆ ਆ ਇਹ ਸਾਨੂੰ ਹੁਣ ਪਤਾ ਲੱਗਿਆ ਵੀ ਉਹਦੇ ਵਿੱਚ ਇੱਕ ਬੈਟਰੀ ਚੋਰੀ ਹੋਈ ਆ ਤੇ ਡਰਿੱਲਾਂ ਡਰਿੱਲ ਮਸ਼ੀਨਾਂ ਲੈ ਕੇ ਸਾਡੀਆਂ ਚੱਕ ਕੇ ਟੂਲ ਟਾਲ ਸਾਰਾ ਕਿੱਲ ਰਿਹਾ ਸੀ ਅਲਮਾਰੀਆਂ ਖੁੱਲੀਆਂ ਪਈਆਂ ਸੀਗੀਆਂ ਸਮਾਨ ਸਾਰਾ ਭਾਜੀ ਕਿੱਲ ਰਿਹਾ ਸੀਗਾ ਸਾਨੂੰ ਹਜੇ ਤੱਕ ਕੁਛ ਪਤਾ ਨਹੀਂ ਲੱਗਦਾ ਹੈਗਾ ਕਿ ਸਮਾਨ ਸਾਡਾ ਕੀ ਚੱਕ ਹੋਇਆ ਤੇ ਜਗ੍ਹਾ ਕਿਹੜੀ ਜਗ੍ਹਾ ਦੇ ਉੱਪਰ ਆਪਣੀ ਵਰਕਸ਼ਾਪ? ਕੀਰਤੀ ਨਗਰ ਜੀ ਪਲਾਹੀ ਰੰਗ। ਕਿਸ ਨਾਂ ਦੇ ਆ ਵਰਕਸ਼ਾਪ? ਕਾਰ ਪੁਆਇੰਟ ਦੇ ਨਾਂ ਸੀ। ਤੇ ਪੁਲਿਸ ਕੰਪਲੇਂਟ ਕੀਤੀ? ਹਾਂਜੀ ਕਰ ਦਿੱਤੀ ਹੈ। ਦਰਖਾਸਤ ਦਿੱਤੀ? ਹਾਂਜੀ ਹਾਂਜੀ। ਪੁਲਿਸ ਆਈ ਸੀ ਮੌਕੇ ਤੇ ਜੀ? ਨਹੀਂ ਹਜੇ ਨਹੀਂ ਆਏ ਹੈਗੇ। ਕੋਈ ਸੀਸੀਟੀਵੀ ਕੈਮਰੇ 'ਚ ਕੋਈ ਆਈ ਹੋਵੇ ਬੰਦੇ? ਨਹੀਂ ਭਾਜੀ ਕੈਮਰੇ ਨਹੀਂ ਆਏ। ਤੇ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਸਰ? ਭਾਜੀ ਉਹੀ 10-15,000 ਦਾ ਪਈ ਗਿਆ ਨੁਕਸਾਨ ਭਾਜੀ। ਤੇ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ? ਇਹਨਾਂ ਨੂੰ ਭਾਜੀ ਨੱਥ ਹੋਣੀ ਹੈ ਜਿਹੜੇ ਚੋਰੀ ਕਰਦੇ ਨੇ ਬੰਦਿਆਂ ਨੂੰ ਫੜਨਾ ਚਾਹੀਦਾ ਆ। ਹੁਣ ਸਰ 11:30 ਵਜੇ ਦਾ ਟਾਈਮ ਇਹਨਾਂ ਨਾਲ ਦੇ ਗੁਆਂਢੀਆਂ ਨੇ ਵੀ ਸਾਡੇ ਚੋਰੀ ਹੋਈ ਆ। ਹਾਂਜੀ। ਤੇ 11:30 ਵਜੇ ਉਹਨਾਂ ਨੂੰ ਤੋਂ ਸਾਨੂੰ ਪਤਾ ਲੱਗਾ ਕਿ 11:30 ਵਜੇ ਰਾਤ ਨੂੰ ਚੋਰੀ ਹੋਈ ਆ।